ਤਕਰੀਬਨ ਤਕਰੀਬਨ 12:10 ਦੇ ਉੱਤੇ ਕਿ ਸਾਡੇ ਅੰਦਰ ਕੋਈ ਲਿਕੁਇਡ ਓਇਲ ਪਿਆ, ਉਹਨੂੰ ਅੱਗ ਲੱਗ ਗਈ ਆ। ਅਚਾਨਕ ਜਿਹੜਾ ਨਾ ਸਵੇਰੇ ਚਲਦੇ ਚਲਦੇ ਅੱਗ ਲੱਗ ਗਈ ਟੂਚਿੰਗ ਆਇਲ, ਟੂਚਿੰਗ ਆਇਲ ਦਾ ਪੂਰਾ ਟੈਂਕ ਹੈ ਜਿਹੜਾ 6,000 ਲੀਟਰ ਮਾਲ ਕਮ ਸੇ ਕਮ ਉਹ 'ਚ ਪੈਂਦਾ, ਆਪਣੇ 6,000 ਤੋਂ ਵੱਧ ਹੀ ਪੈਂਦਾ ਉਹ ਸਾਰਾ ਸਾਰਾ। ਮੈਂ ਓਮਕਾਰ ਸਿੰਘ, ਸਬ ਫਾਇਰ ਅਫਸਰ ਬਟਾਲਾ ਜੀ। ਇਹ ਸਵਾਤੀ ਸਟੀਲ ਇੰਡਸਟਰੀ, ਇਹਨਾਂ ਦੀ ਫਰਮ ਤੋਂ ਹੀ ਸਾਨੂੰ ਫੋਨ ਆਇਆ ਤਕਰੀਬਨ 12:10 ਦੇ ਉੱਤੇ ਕਿ ਸਾਡੇ ਅੰਦਰ ਕੋਈ ਲਿਕੁਇਡ ਓਇਲ ਪਿਆ, ਉਹਨੂੰ ਅੱਗ ਲੱਗ ਗਈ ਆ। ਅਤੇ ਰਾਹ 'ਚ ਆਉਂਦੇ ਸਮੇਂ ਜਦੋਂ ਆਹ ਬੱਸ ਸਟੈਂਡ ਤੋਂ ਬੇਰਿੰਗ ਕੋਲਜ ਦਾ ਏਰੀਆ ਨਾ, ਇੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਆ, ਅਤੇ ਉਹ ਜਿਹੜੀ ਟ੍ਰੈਫਿਕ ਆ ਨਾ ਉਹਦਾ ਕੋਈ ਹੱਲ ਹੋਣਾ ਚਾਹੀਦਾ। ਕਿਤੇ ਵੀ ਅੱਗ ਲੱਗਦੀ ਹੈ, ਜਦੋਂ ਵੀ ਗੱਡੀਆਂ ਕਹਿ ਲਓ ਵੀ ਇੱਧਰੋਂ ਇਸ ਰੋਡ ਤੋਂ ਅੱਗੇ ਲਿਜਾਣੀਆਂ ਹੋਣ ਨਾ, ਤਾਂ ਉੱਥੇ 15-20 ਮਿੰਟ ਖਰਾਬ ਹੋ ਜਾਂਦੇ ਆ। ਮੌਕੇ 'ਤੇ ਅੱਗ ਲੱਗੀ ਸੀ ਇਹਨਾਂ ਦੇ, ਇੱਕ ਜਿਹੜੀ ਇਹਨਾਂ ਨੇ ਉਹ ਚਵੱਚਾ ਬਣਾਇਆ ਉਹਦੇ ਵਿੱਚ ਜੋ ਵੀ ਲੀਕੁਇਡ ਸੀਗਾ, ਅਤੇ ਉਹਨੂੰ ਆਪਾਂ ਨੇ ਫੋਮ ਚਲਾਈ ਆ ਅਤੇ ਉਹਨੂੰ ਤਕਰੀਬਨ 20 ਮਿੰਟ ਦੇ ਵਿੱਚ ਬੁਝਾ ਦਿੱਤਾ ਗਿਆ। ਮੇਰਾ ਨਾਮ ਸੁਰਿੰਦਰ ਲਾਲ ਹੈ ਜੀ। ਵੇਦ ਕ੍ਰਿਸਟੀ ਇੰਡਸਟਰੀ ਫਰਮ ਹੈ ਔਰ ਸਾਡਾ ਰੇਲਵੇ ਪ੍ਰੋਡਕਟ ਬਣਦਾ, ਪੀਆਰਸੀ ਐਕਟੀਵਿਟੀਜ਼ ਜਿਹੜੀ ਮਾਲ ਬਣਾਉਂਦੇ ਰੇਲਵੇ ਟਰੈਕ ਆਈਟਮਸ, ਉਹ ਸਾਰੀ ਹੌਟ 'ਤੇ ਬਣਦੀ ਮਾਲ ਜਿਹੜਾ ਉੱਥੇ ਗਰਮ ਭੱਠੀ ਕਰਕੇ ਨਾ ਫਿਰ ਮਾਲ ਬਣਦਾ। ਤੋ ਅਚਾਨਕ ਜਿਹੜਾ ਨਾ ਸਵੇਰੇ ਚਲਦੇ ਚਲਦੇ ਅੱਗ ਲੱਗ ਗਈ ਟੂਚਿੰਗ ਆਇਲ, ਟੂਚਿੰਗ ਆਇਲ ਦਾ ਪੂਰਾ ਟੈਂਕ ਹੈ ਜਿਹੜਾ 6,000 ਲੀਟਰ ਮਾਲ ਕਮ ਸੇ ਕਮ ਉਹ 'ਚ ਪੈਂਦਾ, ਆਪਣੇ 6,000 ਤੋਂ ਵੱਧ ਹੀ ਪੈਂਦਾ ਉਹ ਸਾਰਾ ਸੜ ਗਿਆ। ਇਹਦੇ ਵਿੱਚ ਕਮ ਸੇ ਕਮ ਜਿਹੜਾ ਤੁਸੀਂ ਜਿਹੜੇ ਡਰਮ ਪੈਂਦੇ ਨੇ ਜੇ ਕਮ ਸੇ ਕਮ ਇਹਦਾ ਮਤਲਬ 1.5 ਲੱਖ ਰੁਪਏ ਦਾ ਕਮ ਸੇ ਕਮ ਤੇਲ ਹੈ ਜਿਹੜਾ ਸੜ ਗਿਆ। ਅਸੈਸਮੈਂਟ ਕਰਨੇ ਪਏ ਕਿੰਨਾ ਸੜਿਆ। ਹਾਂਜੀ, ਲੁੱਕ ਦਾ ਕੀ ਕੰਮ? ਲੁੱਕ ਨਹੀਂ ਹੁੰਦੀ ਸਰ, ਉਹ ਫਰਨਸ ਆਇਲ ਹੁੰਦਾ, ਉਹ ਰੇਲਵੇ ਦਾ ਮਤਲਬ ਮਾਲ ਜਿਹੜਾ ਫਰਨਸ ਆਇਲ ਨਾਲ ਬਣਦਾ, ਉਹਦੀ ਹੀਟ ਜ਼ਿਆਦਾ ਹੁੰਦੀ। ਦੱਸੋ ਸਰ।